ਓਏ ਗੱਲ ਸੁਣਾ ਮੇਰੀ, ਜਾਣ ਤੋਂ ਪਹਿਲਾਂ ਲਾਲ ਰੰਗ ਦਾ ਥੱਲੇ ਸਬਸਕ੍ਰਾਈਬ ਵਾਲੀ ਲਾਈਨ ਐਡੀ ਕੋਣੀ ਹੈ, ਐਡੀ ਕੁ ਬਿਲਕੁਲ ਐਡੀ ਹੋਏਗੀ, ਆ ਮੇਰੇ ਮੂੰਹ ਦੇ ਥੱਲੇ ਹੀ ਆਉਣੀ ਹੋਣੀ, ਮੈਂ ਬਟਨ ਪਾ ਦਿਆਂਗਾ ਜੇ ਤੁਹਾਨੂੰ ਪਤਾ ਲੱਗ ਜਾਏਗਾ, ਤੇ ਜੇ ਕਾਲਾ ਨਾ ਆਇਆ ਭਾਵੇਂ ਥੁੱਕ ਪਾ, ਭਾਵੇਂ ਇਹਦੇ ਤੇ ਮੂਤਰ, ਭਾਵੇਂ ਇਹਦੇ ਤੇ ਟੱਟੀ ਕਰ ਸਾਲੇ ਤੇ, ਭਾਵੇਂ ਵਹਿਣੀ ਦਾ ਪਾਣੀ ਪਾ, ਭਾਵੇਂ ਗਟਰ ਦਾ ਪਾਣੀ ਪਾ, ਭਾਵੇਂ ਜੋ ਮਰਜ਼ੀ ਕਰ, ਭਾਵੇਂ ਜੋ ਮਰਜ਼ੀ ਪਾ, ਇਹ ਕਾਲੇ ਰੰਗ ਦਾ ਕਰਕੇ ਦੇਣਾ ਮੈਨੂੰ, ਵਾਪਸ ਆਵੇ ਤੇ ਕਾਲੇ ਰੰਗ ਦਾ ਤੇ ਨਾਲ ਜਿੱਤ ਕੇ ਪੰਜਾਬ ਚੱਲਿਆ ਸੀ ਕੱਲ ਨੂੰ, ਸਾਡੇ ਵੀਰ ਜਿਹੜੇ ਨੇ ਕਿਸਾਨ ਜਿਹੜੇ ਸਨ ਸਾਡੇ ਉੱਥੇ ਬੈਠੇ ਸਨ ਦਿੱਲੀ ਫਤਿਹ ਮੋਰਚੇ ਦੇ ਉੱਤੇ, ਫਤਿਹ ਕਰ ਲਿਆ ਤਾਂ ਮਾਰਿਆ ਫਤਿਹ ਗਿਆ ਬਾਈ, ਸੋਚਿਆ ਨਾ ਲਿਆ ਪਿਓ ਫਤਿਹ ਕਿਉਂ ਕਹਿ ਸੁੱਟਿਆ ਇਸਨੇ, ਤੇ ਗਾਣਾ ਜੀ ਜਿੱਤ ਕੇ ਪੰਜਾਬ ਚੱਲਿਆ ਕਿਸ ਦਾ ਸੀ ਤਾਇਆ ਜੀ ਵਾਲਾ, ਰੇਸ਼ਮ ਸਿੰਘ ਅਨਮੋਲ ਸੀ ਬਾਈ ਸਾਡੇ ਮੇਰੇ ਖਿਆਲ ਨਾਲ, ਹਾਂਜੀ ਰੇਸ਼ਮ ਸਿੰਘ ਅਨਮੋਲ ਅਤੇ ਸਨੀ ਨਾਗਰਾ ਭਾਈ ਸਨ, ਅਤੇ ਉਹਨਾਂ ਦੋਵਾਂ ਨੇ ਆਪਣੇ ਆਵਾਜ਼ ਦੇ ਰਾਹੀਂ ਸਾਡੇ ਤੱਕ ਗੀਤ ਪਹੁੰਚਾਇਆ, ਜਿਵੇਂ ਵੀ ਪਹੁੰਚਾਇਆ, ਜਿਵੇਂ ਵੀ ਉਹਨਾਂ ਗੱਲਬਾਤ ਕੀਤੀ ਉਹ ਦੇਖਦੇ ਹਾਂ, ਅਤੇ ਤੁਹਾਡੇ ਵੀ ਇਹਨਾਂ ਨੂੰ ਮੁਰਗ ਕਰਾਂਗਾ ਐਕਸਪੀਰੀਅੰਸ ਤੁਹਾਡੇ ਨਾਲ ਰਲ ਮਿਲ ਕੇ, ਅਤੇ ਜਿੱਥੋਂ ਕੋਈ ਨੀਕੀ ਹੋਈ ਸਾਨੂੰ ਇੰਝ ਕਰ ਦਿਓ, ਅਤੇ ਬਾਕੀ ਸਾਨੂੰ ਸਮਝਾ ਵੀ ਦਿਓ ਮਾੜਾ ਮੋਟਾ, ਇੰਝ ਕਰ ਦਿਓ ਕਮੈਂਟ ਬਾਕਸ 'ਚ ਕਮੈਂਟ ਮਾਰ ਕੇ, ਅਤੇ ਨਾਲ ਨਾਲ ਛੇ ਛੇ ਲਾਈਕ ਕਰ ਲਓ, ਕਮੈਂਟ ਨੂੰ ਕਰ ਦਿਓ, ਅਤੇ ਸਬਸਕ੍ਰਾਈਬ ਵੀ ਕਰ ਲਓ, ਅਤੇ ਆਪਣਾ ਤਾਓ ਵੀ ਤੁਹਾਨੂੰ ਪੈਂਦੇ ਨੇ, ਉਸ ਤੋਂ ਬਾਅਦ ਗਾਣੇ ਨੂੰ ਅਸੀਂ ਪੈ ਜਾਵਾਂਗੇ ਅਤੇ ਫਿਰ ਪਤਾ ਲੱਗ ਜਾ ਸੀ ਜੀ ਤਾਓ ਜੀ। ਅਸਲਾਮੁਅਲੈਕਮ, ਕੀ ਹਾਲ ਹੈ ਮੇਰੇ ਵੀਰਾਂ ਭਰਾਵਾਂ ਦੇ, ਯਾਰ ਮੇਰੇ ਵੱਲੋਂ ਤੇ ਹੱਥ ਜੋੜ ਕੇ ਅੱਜ ਫੇਰ ਉਹੀ ਗੱਲ ਹੈ, ਪਰ ਤੈ ਜੀ ਹੋਏ ਨੇ ਕਿ ਨਹੀਂ, ਮੈਂ ਤੇ ਵੇਖੇ ਹੀ ਨਹੀਂ, ਮੈਂ ਆਪ ਨਹੀਂ ਚੱਕ, ਨਹੀਂ ਯਾਰ ਨਹੀਂ ਹੋਏ, ਇਹ ਤੇ ਵਿਊ ਵੀ ਨਹੀਂ ਉਹਨੇ ਜਿਹਨੇ ਤੂੰ ਮੈਂ ਲਾਈਕ ਕਰੇ ਸਨ ਤੇ, ਅੱਛਾ ਜੀ 150 ਵਿਊ ਵੀ ਨਹੀਂ ਹੋਇਆ ਤੁਹਾਡਾ, ਤੁਸੀਂ ਲਾਈਕ 150 ਕਹਿ ਰਿਹਾ ਸੀ, ਅੱਗੋਂ ਹਿਸਾਬ ਲਾ ਲਓ ਹੁਣ ਇਹ ਵੀਡੀਓ ਤੋਂ ਬਾਅਦ ਬੋਤਲ ਪੀਵਾਂ, ਨਹੀਂ ਹੁਣ ਤੁਸੀਂ ਪਿਆਲਣੀ ਹੈ, ਮੈਂ ਨਹੀਂ ਪਿਆਲਣੀ, ਮੈਂ ਆਖਿਆ ਪੀਵਾਂਗੇ, ਆਹੋ ਤੇ ਚਲੋ ਠੀਕ ਹੈ, ਲੈ ਆਉਂਦੇ ਹਾਂ ਫਿਰ ਵੀਡੀਓ ਬਣਾ ਲਾਂਗੇ ਬਲੌਗ ਛੋਟਾ ਜਿਹਾ, ਅੱਜ ਸਾਨੂੰ ਕਲਿੱਕਾਂ ਨਹੀਂ ਵਿਊ ਹੀ ਦੇ ਦਿਓ ਫਿਰ ਯਾਰ, ਹਰ ਰੋਜ਼ ਕੋਈ ਨਵੀਂ ਚੀਜ਼ ਮੰਗ ਲਾਂਗੇ, ਘਰੇ ਕੋਈ ਦੇ ਹੀ ਦਿਓ, ਚਲੋ ਕੋ ਦੇਣਗੇ ਨਾ, ਹੋਰ ਕੁਝ ਨਹੀਂ ਤਾਂ ਹੌਸਲਾ ਤਾਂ ਦੇ ਸਕਦੇ ਹੋ ਨਾ, ਹੌਸਲਾ ਬਾਈ ਦੇਖਦੇ ਹਾਂ ਬਾਈ, ਦਲਜੀਤ ਦੋਸਾਂਝ ਜ਼ਿਆਦਾ ਹੌਸਲਾ ਦੇ ਰਹੇ, ਚਲੋ ਦੇ ਛੜੇ ਹੌਸਲਾ ਦੇਖਦੇ ਹਾਂ ਜੀ, ਬਰੇ ਰਹੋ ਨਾਲ ਸਾਰੇ ਵੀ ਸ਼ੁਰੂ ਤੋਂ ਲੱਗ ਐਂਡ ਤੱਕ, ਤੇ ਪਹਿਲਾਂ ਚੈਨਲ ਸਬਸਕ੍ਰਾਈਬ ਕਰੋ, ਚੱਕੀਏ ਜੀ ਲੈਟ ਗੈਟ ਸਟਾਰਟਡ ਕਰਦੇ ਹਾਂ, NH44 ਸਿੰਘੂ ਬਾਰਡਰ ਦਿੱਲੀ, ਅੱਛਾ ਚੱਲਿਆ ਨੀ ਤੈਨੂੰ ਜਿੱਤ ਕੇ, ਚੱਲਿਆ ਨੀ ਤੈਨੂੰ ਦਿੱਲੀ, ਚੱਲਿਆ ਨੀ ਤੈਨੂੰ ਦਿੱਲੀ, ਬੱਲੇ 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 ਬਾਬਾ ਜੀ, ਇੰਜ ਨੀ ਕਰਨ ਦਾ ਸਵਾਦ ਆਏਗਾ ਯਾਰ, ਚਾਰ ਬੰਦੇ ਢੋਲ ਵਜਾਉਣ ਨੇ ਮੈਨੂੰ ਵੀ ਲੈ ਜਾਂਦੇ, ਮੈਂ ਵੀ ਬੜਾ ਸੋਹਣਾ ਨੱਚ ਰਿਹਾ, ਇਹਨਾਂ ਨੂੰ ਮੇਰੇ ਭੰਗੜੇ ਦਾ ਪਤਾ ਨਹੀਂ ਹੈਗਾ, ਮੇਰਾ ਭੰਗੜਾ ਨਾ ਵੇਖਿਆ ਹੁੰਦਾ ਤੇ ਕਿਸੇ ਨਾ ਸ਼ਦਾਈ ਹੋ ਜਾਣਾ ਸੀ ਮੇਰਾ ਭੰਗੜਾ ਦੇਖ ਕੇ, ਚਲੋ ਬਹਰਾਲ ਕੋਈ ਨਹੀਂ, ਆਪੀ ਮਿਸ ਕਰਨਗੇ ਮੈਨੂੰ, ਮੈਂ ਕੀ ਕਹਿਣਾ, ਮੇਰਾ ਕੀ ਗਵਾਇਆ ਨਾ, ਆਪਣਾ ਗਵਾਇਆ ਨਾ, ਇੰਨਾ ਹਾਸੀ ਖੁਸ਼ੀ ਮਿਲ ਜਾਣੀ ਕੰਮ ਇਹਨਾਂ ਨੂੰ, ਤੇ ਬਈ ਗੱਲ ਕਰੀ ਉਹਨਾਂ ਹੈ ਤੇਰੀ ਹਿੱਕ ਉੱਤੇ ਝੰਡੇ ਗੱਡ ਕੇ, ਮਤਲਬ ਸਾਡੇ ਕਿਸਾਨ ਵੀਰ ਜਿਹੜੇ ਨੇ, ਪੰਜਾਬੀ ਵੀਰ ਸਾਡੇ ਜਿਹੜੇ ਨੇ, ਜਿਹੜੇ ਮਤਲਬ ਸੂਰਮੇ ਨੇ, ਉਹ ਗੱਲਾਂ ਬਾਤਾਂ ਜਿਹੜੀਆਂ ਨੇ ਕਰਕੇ ਆਪਣੀਆਂ, ਅਤੇ ਇੱਥੇ ਗੱਡ ਕੇ ਝੰਡੇ ਮਤਲਬ ਆਪਣੇ ਤੁਹਾਡੇ ਵੱਲ ਜਾ ਰਹੇ ਨੇ, ਦਿੱਲੀ ਤੇਰੀ ਹਿੱਕ ਉੱਤੇ ਮਤਲਬ ਤੇਰੀ ਛਾਤੀ ਹੈ ਜਿਹਨੂੰ ਸੀਨਾ, ਉਹ ਕਹਿੰਦਾ ਨੀ 56 ਇੰਚ ਦਾ ਸੀਨਾ ਤੇ ਮੇਰੀ ਤੇ 36 ਇੰਚ, ਤਾਂ ਤੂੰ ਕਰ ਤੇਰੀ 36 ਇੰਚ ਦੀ ਸੀਨੀ ਹੈ, ਮੇਰਾ ਤਾਂ ਸੀਨਾ ਹੋਈ ਜਾਣਾ, ਤਾਂ ਉਹਦੀ ਸੀਨੀ ਹੋਈ ਹੈ, ਤੇ ਕੋਈ ਨਾ ਰਲ ਮਿਲ ਜਾਣਾ ਸੀ, ਦੇਖੋ ਉਹਨਾਂ ਨੇ ਪਹਿਰਾ ਬੜਾ ਕਮਾਲ ਦਾ ਬਣਾਇਆ, ਵੇਖੋ ਜਿਵੇਂ ਬਾਰਡਰ ਉੱਤੇ ਜਵਾਨ ਡਟੇ ਨੇ ਬਾਰਡਰ ਤੇ, ਫੌਜੀ ਜਵਾਨ ਜਿਵੇਂ ਮਤਲਬ ਸਾਡੇ ਡਟੇ ਨੇ, ਤੇ ਜਿਵੇਂ ਕਿਸਾਨ ਸਾਡੇ ਮਤਲਬ ਦਿੱਲੀ ਦੇ ਵਿੱਚ ਉਹਦੀ ਹਿੱਕ ਦੇ ਉੱਤੇ ਝੰਡੇ ਲਾ ਕੇ ਬੈਠੇ ਨੇ, ਮੰਜੀਆਂ ਲਾ ਕੇ ਬੈਠੇ ਨੇ, ਮੇਰੇ ਖਿਆਲ ਨਾਲ ਯਾਰ ਚਲੋ ਉੱਥੋਂ ਕਿਸੇ ਬੰਦੇ ਨੂੰ ਕਰਦੇ ਹਾਂ ਸਵੇਰੇ ਕਿਸੇ ਨੂੰ ਫੋਨ ਕਰਕੇ ਕਹਾਂਗੇ ਯਾਰ ਕਿ ਵਲੋਗ ਛੋਟੇ ਜਿਹੇ ਵੀਡੀਓ ਬਣਾ ਕੇ ਸ਼ੂਟ ਕਰਕੇ ਸਾਨੂੰ ਭੇਜੇ, ਕਿ ਮਤਲਬ ਉੱਥੇ ਮੈਨੂੰ ਕਿਸੇ ਬੰਦੇ ਕਹੇ ਕਿ ਯਾਰ ਜਿੱਦ ਨਾ ਉੱਠ ਕੇ ਜਾਣਾ ਨਾ, ਮਤਲਬ ਉੱਥੇ ਚਰੀ ਮਕਈ ਉਹਨਾਂ ਪਰ ਜਿਹੜਾ ਨਾ ਸਬਜ਼ੀਆਂ ਵਗੈਰਾ ਇਹ ਉੱਥੇ ਉੱਗੀਆਂ ਨਹੀਂ, ਤਾਂ ਮੈਂ ਵੇਖਣੀ ਹੈ ਵੀਡੀਓ, ਮੇਰੇ ਦਿਲ ਦੀ ਇੱਕ ਰੀਝ ਮਤਲਬ ਕਿ ਦੇਖਾਂ ਯਾਰ ਬਾਕੀ ਉੱਥੇ ਛਾਵਾਂ ਉੱਗੀਆਂ ਨੇ ਕਿ ਨਹੀਂ ਦੇਖੀਆਂ, ਦੇਖ ਕੇ ਤੁਹਾਨੂੰ ਸਵੇਰੇ ਦੱਸਾਂਗਾ ਐਕਸਪਲੇਨ ਕਰਕੇ, ਉਹਦੇ ਵਿੱਚ ਹੀ ਝੂਟੇ ਮਾਰੇ ਕਰਾਂਗਾ, ਚੱਕੀਏ ਜੀ ਸਾਡੇ ਵੀ ਕਈ ਵਾਰ ਕਿਤੇ ਆ, ਇਹ ਪਹਿਲੀ ਵੀ ਤਰੀਕ ਕਿਤੇ ਬਗੈਰ ਹਥਿਆਰਾਂ ਤੋਂ, ਬਗੈਰ ਕਿਸੇ ਮਤਲਬ ਡੰਗ ਛੋਟੇ ਤੋਂ, ਐਂ ਡੰਡਾ ਸਰ ਬਸ ਹੋ ਕੇ ਗੋਡੀ ਮੀਡੀਆ ਤੋਂ ਮਤਲਬ, ਹਲੇ ਜੀ ਬੱਲੇ ਮਾਤਾ ਜੀ ਹੌਸਲੇ ਹੀ ਬੜੇ ਆ, ਵਾਹ ਜੀ ਵਾਹ ਕਰੇ ਆ, ਹੌਸਲੇ ਹੀ ਬੜੇ ਆ, ਚੱਲਿਆ ਨੀ ਤੈਨੂੰ ਦਿੱਲੀ, ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀ,
किसानी झंडे ने ते गुटा ते जिहड़े ने सिखी घरे ने ते सानू गुरुआं दी ओत ही बड़ी आ सानू हौसले ही बड़े ने मतलब उहने असीं मतलब किसान आ साडे हत्थां किसानी झंडे ते असीं किसान आ ते मतलब ते असीं सिख आ ਤੇ ਜਿਹੜਾ ਸਾਡੇ ਉੱਤੇ ਮਤਲਬ ਜਿਹਨੂੰ ਕਹਿ ਸਕਦੇ ਹਾਂ ਕਿ ਕਿਰਪਾ ਜਾਂ ਰਹਿਮ ਕਹਿ ਸਕਦੇ ਹਾਂ ਸਾਡੇ ਗੁਰੂਆਂ ਦਾ ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਦਿੱਲੀ ਹੈ ਹੌਂਸਲਾ ਹੀ ਮਤਲਬ ਬਥੇਰਾ ਸਾਨੂੰ ਜਿਹੜਾ ਹੌਂਸਲਾ ਸਾਡੇ ਨਾਲ ਖੜੋਤਾ ਸਾਡੇ ਗੁਰੂਆਂ ਦਾ ਜਿਵੇਂ ਉਹਨਾਂ ਨੇ ਜੰਗਾਂ ਜਿੱਤੀਆਂ ਸਨ ਸਾਰੇ ਘਰਾਂ ਵਿੱਚ ਤੁਹਾਨੂੰ ਪਤਾ ਹੀ ਨਹੀਂ ਨਾ ਉਸ ਤੋਂ ਬਾਅਦ ਮੈਂ ਜਿਹੜੀ ਗੱਲ ਕੀਤੀ ਹੁਣ ਤੁਸੀਂ ਦੱਸੋ ਆਤੰਕਵਾਦੀਆਂ ਵਾਲੀ ਆਤੰਕਵਾਦੀ ਤੁਹਾਨੂੰ ਲੰਗਰ ਛਕਾ ਕੇ ਚੱਲੇ ਹਾਂਜੀ ਉਹਨਾਂ ਜਿਹਨੂੰ ਆਤੰਕਵਾਦੀ ਤੁਸੀਂ ਕਹਿੰਦੇ ਹੋ ਜਿਹਨਾਂ ਨੂੰ ਆਤੰਕਵਾਦੀ ਮੋਦੀ ਮੀਡੀਆ ਅਤੇ ਮੋਦੀ ਸਰਕਾਰ ਜਿਹੜੀ ਮਤਲਬ ਇਹ ਸਾਨੂੰ ਪੰਜਾਬੀਆਂ ਨੂੰ ਆਤੰਕਵਾਦੀ ਕਹਿੰਦੀ ਹੈ ਤੇ ਉਹਨਾਂ ਇਹ ਆਤੰਕਵਾਦੀ ਜਿਹੜੇ ਨੇ ਮਤਲਬ ਤੈਨੂੰ ਦਿੱਲੀ ਦੇ ਵਿੱਚ ਬਹਿ ਕੇ ਤੇਰੇ ਘਰ 'ਚ ਬਹਿ ਕੇ ਲੰਗਰ ਛਕਾ ਕੇ ਅਤੇ ਕੁੱਕਰ ਪਾਣੀ ਖਵਾ ਕੇ ਆਪਣੇ ਘਰ ਨੂੰ ਚੱਲੇ ਹਾਂ ਜੀ ਅਸੀਂ ਵੀ ਚੱਲਦੇ ਹਾਂ ਚੱਲੇ ਆ ਨੀ ਤੈਨੂੰ ਦਿੱਲੀ ਦਿੱਲੀ ਨੀ ਜਿੱਤ ਕੇ ਪੰਜਾਬ ਚੱਲੇ ਆ ਨੀ ਤੈਨੂੰ ਜਿੱਤ ਕੇ ਪੰਜਾਬ ਚੱਲੇ ਆ ਨੀ ਤੈਨੂੰ ਦਿੱਲੀ ਗੱਲ ਭਾਈ ਦਿੱਲੀ ਤੇ ਮੁੱਕਣੀ ਹੈ ਹੋਰ ਕਿਤੇ ਨਹੀਂ ਮੁੱਕਣੀ ਹੈਗੀ ਦਿੱਲੀ ਭਾਈ ਸਟੇਟ ਤੇ ਨਹੀਂ ਇਹਨਾਂ ਦਾ ਕਿਤੇ ਮਤਲਬ ਜਿਹੜਾ ਸੀਨੀਅਰ ਜਿਹਨੂੰ ਕਹਿ ਸਕਦੇ ਹਾਂ ਅਸੀਂ ਜਿਵੇਂ ਮੇਰੇ ਅੰਦਾਜ਼ ਨਾਲ ਉਹ ਕੀ ਆਉਂਦੇ ਜਿਵੇਂ ਸਾਡੇ ਇਸਲਾਮਾਬਾਦ ਦੇ ਮਤਲਬ ਇਸਲਾਮਾਬਾਦ ਕੈਪੀਟਲ ਵੇਖਣਾ ਖੋਪੜੀ 'ਚ ਆਉਂਦੀ ਗੱਲ ਪਰ ਥੋੜ੍ਹੀ ਲੇਟ ਆਉਂਦੀ ਮਤਲਬ ਇਸ ਹਿਸਾਬ ਨਾਲ ਉੱਥੇ ਦਿੱਲੀ ਤੇ ਗੱਲ ਬਣੀ ਅਤੇ ਉੱਥੇ ਆ ਕੇ ਸਾਡੇ ਵੀਰਾਂ ਨੇ ਘੇਰਾ ਪਾਇਆ ਹੋਇਆ ਸੀ ਅਤੇ ਉੱਥੋਂ ਜਿੱਤ ਕੇ ਆ ਕੇ ਮੈਂ ਚਪੇੜ ਮਾਰਨੀ ਇਹਦੇ ਮੂੰਹ 'ਤੇ ਫਿਰ ਮਤਲਬ ਉਹਨੇ ਇਹ ਗੱਲ ਕੀਤੀ ਸੀ ਦਿੱਲੀ ਦੇ ਚਪੇੜ ਆਹੋ ਜਿੱਤ ਕੇ ਗਏ ਤੇ ਚਪੇੜ ਹੀ ਵੱਜ ਗਈ ਨਾ ਮਤਲਬ ਉਲਟੀ ਉਹਦੇ ਘਰ 'ਚ ਬਹਿ ਕੇ ਲੰਗਰ ਛਕਾ ਕੇ ਸਾਰਾ ਕੁਛ ਕਰਕੇ ਤੇ ਮਤਲਬ ਅਸੀਂ ਇਹ ਵਾਪਸ ਆਪਣੇ ਘਰਾਂ ਤੁਰ ਗਏ ਅੱਗੇ ਵੇਖਦੇ ਹਾਂ ਨਹੀਂ ਤਾਂ ਜੀ ਵੇਖੋ ਕਿੱਡਾ ਕਮਾਲ ਦਾ ਪਹਿਲਾਂ ਜਿਵੇਂ ਕਿ ਅਸੀਂ ਆਪਣੇ ਵੇਹਨੇ ਆ ਸਾਡੇ ਹਰ ਮੇਰੇ ਅੰਦਾਜ਼ ਨਾਲ ਕੋਈ ਵੀ ਮੁਲਕ ਦੇ ਵਿੱਚ ਨਸਲਾਂ ਮਤਲਬ ਨਸਲਾਂ ਨੇ ਕੋਈ ਵੀ ਮੁਲਕ ਦੇ ਵਿੱਚ ਇੱਕ ਲਾਜ਼ਮੀ ਬੁੱਕ ਕਿਤਾਬ ਹੁੰਦੀ ਹੈ ਜਿਹੜੀ ਸਾਡੇ ਮੁਲਕ ਦੇ ਬਾਰੇ ਤੇ ਸਾਡੀ ਨਸਲਾਂ ਦੇ ਬਾਰੇ ਜਿਵੇਂ ਸਾਡੇ ਮਤਲਬ ਪਾਕਿਸਤਾਨ ਇਵੇਂ ਉਹਨਾਂ ਆਖਿਆ ਆਉਣ ਵਾਲੀਆਂ ਨਸਲਾਂ ਜਿਹੜੀਆਂ ਛੋਟੇ ਛੋਟੇ ਬੱਚੇ ਨੇ ਉਹ ਦੱਸਣਗੇ ਮਤਲਬ ਸਾਡੇ ਜਵਾਕ ਜਵਾਕ ਉਹ ਦੱਸਣਗੇ ਕੀ ਤਾ ਜੀ ਹਰਿਆਣਾ ਹਰਿਆਣਾ ਯੂਪੀ ਤੇ ਪੰਜਾਬ ਤਿੰਨੋਂ ਭਾਈ ਬਈ ਗਵਾਹੀ ਦੇਣਗੇ ਮਤਲਬ ਸਾਡੀਆਂ ਵਾਲੀਆਂ ਨਸਲਾਂ ਜਿਵੇਂ ਮਤਲਬ ਸਾਨੂੰ ਇਹ ਹੁਣ ਆ ਜਿਹੜਾ ਕਿਸਾਨੀ ਧਰਨਾ ਲੱਗਾ ਜਿਹਦੇ ਜਿਵੇਂ ਅਸੀਂ ਨੇ ਯੂਪੀ ਸਾਰਾ ਤਮਾਮ ਆਪਸ ਵਿੱਚ ਭਾਈ ਭਾਈ ਹਾਂ ਅੱਗੇ ਦੇਖਦੇ ਹਾਂ ਜੀ ਤੇ ਹੋਰ ਵੀ ਜਿੱਦਾਂ ਵੀਰੋ ਤੁਹਾਨੂੰ ਉਮੀਦ ਹੈ ਕਿ ਇਹ ਗਾਣੇ ਤੋਂ ਬਾਅਦ ਸਾਡੀ ਸਮਝ ਵੀ ਥੋੜੀ ਬਹੁਤੀ ਲੱਗੀ ਹੋਣੀ ਹੈ ਤੇ ਕਈਆਂ ਨੂੰ ਤਾਂ ਲੱਗਦੀ ਨਹੀਂ ਨਾ ਕਿਉਂਕਿ ਅਸੀਂ ਇੰਝ ਵੀ ਕਰ ਛੱਡਨੇ ਪਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਕੋਈ ਨਹੀਂ ਖੈਰ ਅੱਲਾ ਲੋਕ ਨੇ ਉਹਦੇ ਵਿੱਚ ਉਹ ਮਲੰਗ ਵੀ ਤਾਂ ਹੁੰਦਾ ਯਾਰ ਜਿਹਨੂੰ ਨਹੀਂ ਕੋਈ ਸਾਡੇ ਵੱਲ ਪਤਾ ਹੁੰਦਾ ਐਡਾ ਲੰਮਾ ਚਲੋ ਤਾਂ ਫਿਰ ਕੀ ਕਰੇ ਵਿਚਾਰਾ ਉਹ ਫਿਰ ਵੇਖ ਮਜਬੂਰ ਅੰਗੂਠਾ ਤੁਹਾਨੂੰ ਕੱਲ੍ਹ ਵੀ ਦੱਸਿਆ ਯਾਰ ਅੰਗੂਠੇ ਤੇ ਮੁੱਕੀ ਮਾਰੋ ਭੈਣ ਚੋ ਤੇ ਘੁੱਟ ਕੇ ਇੰਝ ਮਾਰੋ ਮੁੱਕੀ ਉਹਦੀਆਂ ਪਤੀਸੀ ਭੰਨ ਕੇ ਸਾਲੀ ਦੇ ਹੱਥ ਫੜਾ ਦਿਓ ਸਾਡੇ ਸਾਨੂੰ ਪਤਾ ਲੱਗ ਜੇ ਸਾਡਾ ਅੰਗੂਠਾ ਕਿਹਨੇ ਭੰਨਿਆ ਭੰਨ ਕੇ ਵਿਖਾਲਾ ਹੋ ਕੋਈ ਬੰਦਾ ਭੰਨੇਗਾ ਮੈਨੂੰ ਦੱਸਿਆ ਵਾਲਾ ਭੰਨ ਕੇ ਜੇ ਭੰਨ ਜੀ ਲਿਆ ਤੇ 300-400-500 ਲਾਈਕ ਕਰ ਛੇ ਪਤਾ ਲੱਗ ਜਾਏਗਾ ਬਾਈ ਇਹ ਕੰਮ ਹੋ ਗਿਆ ਤੇ ਗੱਲ ਕੀਤੀ ਹੈ ਕਿ ਤੈਨੂੰ ਸਵਾਂ ਨਾਲ ਮਤਲਬ ਸੈਂਕੜੋ ਦਰਜਨਾਂ ਨਾਲ ਸਵਾਂ ਨਾਲ ਸੈਂਕੜੇ ਮਤਲਬ ਸਵਾਂ 'ਚ ਗੱਲ ਆ ਜਾਂਦੀ ਬਾਈ ਪਤਾ ਨਹੀਂ 100-200-400-500 ਮਤਲਬ ਜਿਹੜੀ ਸੁਣਨ 'ਚ ਗੱਲ ਆਈ 700-800 ਦੇ ਕਰੀਬ ਮਤਲਬ ਜਿਹੜੇ ਸਾਡੇ ਭਰਾ ਨੇ ਉਹ ਸ਼ਹੀਦ ਹੋ ਜਾਂਦੇ ਉੱਥੇ ਬਜ਼ੁਰਗ ਵੀ ਨੇ ਭੈਣਾਂ ਵੀ ਨੇ ਭਾਈ ਵੀ ਨੇ ਮਾਵਾਂ ਵੀ ਬੱਚੇ ਵੀ ਨੇ ਸਾਰੇ ਵਿੱਚ ਰਲੇ ਮੇਰੇ ਪਾ ਕੇ
ਤੇ ਉਹਨਾਂ ਇਹਨਾਂ ਨੂੰ ਮਤਲਬ ਇੰਨੀਆਂ ਜਾਨਾਂ ਗਈਆਂ ਨੇ ਤੈਨੂੰ ਫਿਰ ਵੀ ਸ਼ਰਮ ਨਹੀਂ ਆਈ ਤੈਨੂੰ ਤਰਸ ਨਹੀਂ ਆਇਆ ਪੂਰਾ ਹੁਣ ਆਦਤਾਂ ਨਹੀਂ ਬਦਲੀਆਂ ਗਏ ਉਹ ਕਈ ਨਾ ਆਦਤੋਂ ਮਜਬੂਰ ਹੁੰਦੇ ਨੇ ਕੀੜਾ ਤੰਗ ਕਰਦਾ ਰਹਿੰਦਾ ਤੇ ਮਾਨ ਸਾਹਿਬ ਨੇ ਵੀ ਗੱਲ ਕਹੀ ਕਿ ਭਾਈ ਇਹ ਢਲਦੀ ਉਮਰ ਇਹਦਾ ਮਤਲਬ ਹਾਰਾ ਜਿਹਾ ਕਰਨ ਡਿਆ ਉਹ ਵੇਖਿਆ ਨਾ ਜਾਨਵਰ ਹੋਏ ਜਾਂ ਕੋਈ ਵਿਛੜੇ ਵਿਛੜੀ ਛਾਇਆ ਹੋਇਆ ਜਿੱਥੇ ਉਹ ਇੰਝ ਦਾ ਕੰਮ ਕਰ ਦਿੰਦਾ ਇਹ ਕੰਮ ਕਰ ਦੱਸਿਆ ਇਹ ਗੱਲ ਉਹਨਾਂ ਦੱਸੀ ਮਾਨ ਸਾਹਿਬ ਕਿ ਬਾਈ ਹਾਰਾ ਕਰਨ ਦਾ ਤੇ ਹਾਰਾ ਨੇ ਮੰਨ ਲਿਆ ਠੀਕ ਹੈ ਤਿੰਨੇ ਕਾਲੇ ਕਾਨੂੰਨ ਸਾਡੇ ਰੱਦ ਹੋ ਗਏ ਨੇ ਬਾਈ ਅਸਾਂ ਜਿਹੜੇ ਕਾਸ਼ ਜਿਹੜੇ ਕੰਮ ਲਈ ਗਏ ਸਾਂ ਹੋ ਗਏ ਨੇ ਤੇ ਤਾਂ ਜੀ ਹੋਰ ਗੱਲਬਾਤ ਕੋ ਤੁਹਾਡੇ ਕਰਨ ਵਾਲੀ ਹੋਵੇ ਮੇਰੇ ਤੇ ਉਹ ਹੀ ਗੱਲ ਸੁਣਾ ਮੇਰੀ ਜਾਣ ਤੋਂ ਪਹਿਲਾਂ ਲਾਲ ਰੰਗ ਦਾ ਥੱਲੇ ਸਬਸਕ੍ਰਾਈਬ ਵਾਲੀ ਲਾਈਨ ਐਡੀ ਕੋਣੀ ਹੈ ਐਡੀ ਕੁ ਬਿਲਕੁਲ ਐਡੀ ਹੋਏਗੀ ਮੇਰੇ ਮੂੰਹ ਦੇ ਥੱਲੇ ਹੀ ਆਉਂਦੀ ਹੋਣੀ ਮੈਂ ਬਟਨ ਪਾ ਦਿਆਂਗਾ ਜੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਜੇ ਕਾਲਾ ਨਾ ਆਇਆ ਭਾਵੇਂ ਥੁੱਕ ਪਾ ਭਾਵੇਂ ਇਹਦੇ ਤਮੂਤਰ ਭਾਵੇਂ ਇਹਦੇ ਟੱਟੀ ਕਰ ਸਾਲੇ ਤੇ ਭਾਵੇਂ ਰਾਣੀ ਦਾ ਪਾਣੀ ਪਾ ਭਾਵੇਂ ਗੱਡੇ ਦਾ ਪਾਣੀ ਪਾ ਭਾਵੇਂ ਜੋ ਮਰਜ਼ੀ ਪਾ ਭਾਵੇਂ ਜੋ ਮਰਜ਼ੀ ਪਾ ਇਹ ਕਾਲੇ ਰੰਗ ਦਾ ਕਰਕੇ ਦੇਣਾ ਮੈਨੂੰ ਵਾਪਸ ਆਵੇ ਤੇ ਕਾਲੇ ਰੰਗ ਦਾ ਤੇ ਨਾਲ ਥੱਲੇ ਕਮੈਂਟ ਆਵੇ ਨਾ ਆਵੇ ਲਾਈਕ ਜਿਹੜਾ ਐਂਜਲ ਨਾ ਐਂਜਲ ਐਂਜਲ ਸਾਡੇ ਵਾਲਾ ਮਿੱਤਰ ਫਿਰ